ਸਤਿ ਸ਼੍ਰੀ ਅਕਾਲ ਮੈਂ ਨੀਲਮ ਅੱਜ BA ਭਾਗ ਪਹਿਲਾ ਸਮੈਸਟਰ ਦੂਜਾ ਦੀ ਪਾਠ ਪੁਸਤਕ ਕਥਾ ਕਹਾਣੀ ਵਿੱਚੋਂ ਘੋਟਨਾ ਕਹਾਣੀ ਦਾ ਵਿਸ਼ਾ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਕਹਾਣੀ ਦਾ ਕਹਾਣੀਕਾਰ ਮੋਹਨ ਭੰਡਾਰੀ ਹੈ ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਹਾਣੀ ਵਿੱਚੋਂ ਤੁਹਾਨੂੰ ਵਿਸ਼ਾ ਅਤੇ ਸਾਰ ਸੰਬੰਧੀ ਪ੍ਰਸ਼ਨ ਪੁੱਛਿਆ ਜਾਵੇਗਾ ਸੋ ਆਪਾਂ ਹੁਣ ਪਹਿਲਾਂ ਕਹਾਣੀ ਦੇ ਵਿਸ਼ੇ 'ਤੇ ਗੱਲ ਕਰਦੇ ਹਾਂ ਮੋਹਨ ਭੰਡਾਰੀ ਦੁਆਰਾ ਲਿਖੀ ਗਈ ਕਹਾਣੀ ਘੋਟਨਾ ਦਾ ਵਿਸ਼ਾ ਹੁਨਰਮੰਦ ਮਨੁੱਖ ਦੀ ਪੀੜ ਅਤੇ ਲੋਚਾਂ ਨੂੰ ਬਿਆਨ ਕਰਦਾ ਹੈ ਇਸ ਕਹਾਣੀ ਵਿੱਚ ਕਿਸ਼ਨਾ ਤਰਖਾਣ ਇੱਕ ਹੁਨਰਮੰਦ ਕਿਰਤੀ ਹੈ ਜੋ ਕਿ ਬਹੁਤ ਸੁੰਦਰ ਘੋਟਨੇ ਬਣਾਉਂਦਾ ਹੁੰਦਾ ਸੀ ਜਿਸ 'ਤੇ ਬਣੇ ਘੋਟਨੇ ਲੋਕ ਬਹੁਤ ਪਸੰਦ ਕਰਦੇ ਸਨ ਉਹਨਾਂ ਉੱਤੇ ਉਹਨਾਂ ਨੇ ਬੋਲੀਆਂ ਬਣਾਈਆਂ ਹੋਈਆਂ ਸਨ ਪਰ ਨਵੀਂ ਉਦਯੋਗਿਕ ਸੱਭਿਅਤਾ ਉਸਦਾ ਇਹ ਕਿੱਤਾ ਖੋਹ ਲੈਂਦੀ ਹੈ ਜਿਸ ਨਾਲ ਉਸਦਾ ਹੁਨਰ ਗਰੀਬੀ ਦੇ ਬਾਵਜੂਦ ਉਸ ਨੂੰ ਜੋ ਆਨੰਦ ਦਿੰਦਾ ਸੀ ਉਹ ਉਸ ਨੂੰ ਨਹੀਂ ਸੀ ਮਿਲਦਾ ਉਸ ਨੂੰ ਆਪਣੇ ਜਵਾਈ ਦੇ ਕਾਰਖਾਨੇ ਵਿੱਚ ਕੰਮ ਕਰਦੇ ਲੋਕਾਂ ਦੀ ਨਿਰੋਲ ਨਿਗਰਾਨੀ ਕਰਨ ਦਾ ਕੰਮ ਨਹੀਂ ਸੀ ਜਾਪਦਾ ਸਗੋਂ ਉਸਨੂੰ ਇਹ ਮਨੁੱਖਤਾ ਦੀ ਹੀਣਤਾ ਜਾਪਦੀ ਸੀ ਉਸਦਾ ਹਿਰਦੇ ਦੁੱਖ ਅਤੇ ਪੀੜਾ ਨਾਲ ਕੁਰਲਾ ਉੱਠਦਾ ਉਸਦੀ ਲੋਚਾ ਇਹੋ ਸੀ ਕਿ ਉਹ ਆਪਣੇ ਹੁਨਰ ਨੂੰ ਹੀ ਅਪਣਾਏ ਉਸ ਵਿੱਚ ਆਪਣਾ ਕਮਾਲ ਦਿਖਾ ਕੇ ਲੋਕਾਂ ਦੀ ਪ੍ਰਸ਼ੰਸਾ ਅਤੇ ਆਨੰਦ ਪ੍ਰਾਪਤ ਕਰੇ ਇਸੇ ਕਰਕੇ ਹੀ ਉਹ ਆਪਣੇ ਜਵਾਈ ਦੇ ਕਾਰਖਾਨੇ ਵਿੱਚ ਸਾਰੇ ਸੁੱਖ ਮਿਲਣ ਦੇ ਬਾਵਜੂਦ ਉਦਾਸ ਰਹਿਣ ਲੱਗਾ ਅੰਤ ਇੱਕ ਦਿਨ ਉਹ ਆਪਣੇ ਮਨ ਨੂੰ ਟਿਕਾਣੇ ਲਿਆਉਣ ਲਈ ਸ਼ਰਾਬ ਦੇ ਨਸ਼ੇ ਵਿੱਚ ਘੋਟਨੇ ਬਣਾਉਣ ਲੱਗ ਪਿਆ ਇਸ ਪ੍ਰਕਾਰ ਕਹਾਣੀਕਾਰ ਨੇ ਇਸ ਕਹਾਣੀ ਵਿੱਚ ਨਵੀਂ ਉਦਯੋਗਿਕ ਸੱਭਿਅਤਾ ਵਿੱਚ ਨਿਬੀੜੇ ਹੁਨਰਮੰਦ ਮਨੁੱਖ ਦੀ ਪੀੜ ਅਤੇ ਲੋਚਾਂ ਨੂੰ ਬੜੇ ਹੀ ਸਰਲ ਪਰ ਸਾਰਥਿਕ ਢੰਗ ਨਾਲ ਚਿਤਰਿਆ ਹੈ ਇਸੇ ਨਾਲ ਹੀ ਕਹਾਣੀਕਾਰ ਨੇ ਕਿਰਤ ਦੇ ਮਹੱਤਵ ਨੂੰ ਦਰਸਾਉਣਾ ਵੀ ਇਸ ਕਹਾਣੀ ਦੇ ਵਿਸ਼ੇ ਵਿੱਚ ਸਮਿਟਿਆ ਹੈ ਕਹਾਣੀਕਾਰ ਦੱਸਦਾ ਹੈ ਕਿ ਕਿਰਤ ਬਹੁਤ ਵੱਡਾ ਕਿੱਤਾ ਹੈ ਕਿਉਂਕਿ ਕਿਰਤੀ ਦਾ ਪਸੀਨਾ ਅੰਮ੍ਰਿਤ ਦੇ ਬਰਾਬਰ ਹੁੰਦਾ ਹੈ ਇਸ ਲਈ ਦੇਵਤੇ ਵੀ ਤਰਸਦੇ ਹਨ ਇਸ ਪਸੀਨੇ ਨੂੰ ਮਨੁੱਖ ਨੂੰ ਹੁਨਰਮੰਦ ਕਿਰਤੀ ਬਣਨਾ ਚਾਹੀਦਾ ਹੈ ਕੰਮ ਬੰਦੇ ਦਾ ਕਰਮ ਹੈ ਮਿਹਨਤ ਕਰਨ ਨਾਲ ਮਨੁੱਖ ਨੂੰ ਤਸੱਲੀ ਮਿਲਦੀ ਹੈ ਨਾਲੇ ਸਰੀਰ ਵੀ ਅਰੋਗ ਰਹਿੰਦਾ ਹੈ ਸਹੀ ਮਿਹਨਤ ਦਾ ਪਤਾ ਆਦਮੀ ਦੇ ਪਸੀਨੇ ਤੋਂ ਲੱਗਦਾ ਹੈ ਲੇਖਕ ਨੇ ਇਸ ਕਹਾਣੀ ਵਿੱਚ ਜਿੱਥੇ ਉਦਯੋਗਿਕ ਸੱਭਿਅਤਾ ਦੁਆਰਾ ਮਿਹਨਤ ਕਸ਼ਾਂ ਨਾਲ ਕੀਤੇ ਜਾਂਦੇ ਧੱਕੇ ਨੂੰ ਉਜਾਗਰ ਕੀਤਾ ਹੈ ਉੱਥੇ ਕਿਰਤ ਦੀ ਵਡਿਆਈ ਵੀ ਕੀਤੀ ਹੈ ਇਸ ਕਹਾਣੀ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੀ ਹੋਈ ਕਥਾ ਕਹਾਣੀ ਸੰਗ੍ਰਹਿ ਦੀ ਸੰਪਾਦਕਾ ਵੀ ਆਪਣੇ ਵਿਚਾਰ ਪੇਸ਼ ਕਰਦੀ ਹੈ ਕਹਾਣੀਕਾਰ ਨੇ ਇੱਕ ਸਰਲ ਸੁਹਿਰਦ ਅਤੇ ਕਾਮੇ ਨੂੰ ਮਨੁੱਖ ਦੀ ਪੀੜਾ ਲੋਚਾ ਦੇ ਕਲਾਤਮਕ ਅੰਦਾਜ਼ ਨਾਲ ਪਕੜਿਆ ਹੈ ਨਿੱਕੇ ਨਿੱਕੇ ਪ੍ਰਸੰਗਾਂ ਅਹਿਸਾਸਾਂ ਮਸਲਿਆਂ ਲੋਚਾਵਾਂ ਨਾਲ ਉਸਨੇ ਵੱਡੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦਵਾਇਆ ਹੈ ਕਿਰਤ ਤੋਂ ਵਿਯੋਗੇ ਜਾ ਰਹੇ ਅਜੋਕੇ ਮਨੁੱਖ ਦੀ ਤ੍ਰਾਸ ਵੇਦਨਾ ਦਾ ਇਹ ਇੱਕ ਦਿੱਖਦਾ ਜਿਹਾ ਪਹਿਲੂ ਹੈ ਜਦੋਂ ਕਿ ਅਜੋਕੇ ਮਨੁੱਖ ਦੀ ਜੀਵਨ ਜਾਂਚ ਵਿੱਚ ਦਬਾਓ ਜਬਰ ਬਜਰ ਜ਼ੁਲਮ ਵੱਧਦਾ ਜਾ ਰਿਹਾ ਹੈ ਅਤੇ ਉਸਨੂੰ ਘੁੱਟਣ ਮਹਿਸੂਸ ਹੁੰਦੀ ਹੈ ਜਿਸ ਸਹਿਜ ਸਰਲ ਸਥੂਲ ਰੂਪ ਵਿੱਚ ਮੋਹਨ ਭੰਡਾਰੀ ਨੇ ਅਜੋਕੇ ਮਨੁੱਖ ਦੇ ਦੁਖਾਂਤ ਬੋਧ ਨੂੰ ਪਕੜਿਆ ਅਤੇ ਸਿਰਜਿਆ ਹੈ ਉਸਨੇ ਉਸਦੀ ਕਹਾਣੀ ਨੂੰ ਪੰਜਾਬੀ ਦੀ ਚਰਮ ਸੀਮਾ 'ਤੇ ਪਹੁੰਚਾ ਦਿੱਤਾ ਹੈ ਇਹ ਕਹਾਣੀ ਬਹੁਤ ਹੀ ਨਵੇਕਲੀ ਪ੍ਰਾਪਤੀ ਬਣ ਗਈ ਹੈ ਉਸਦੀ ਜਜ਼ਬਿਆਂ ਨਾਲ ਗੁੰਦੀ ਬੋਲੀ ਪਾਠਕਾਂ ਦੀ ਮਨੋਸਮ੍ਰਿਤੀ ਵਿੱਚ ਬਹੁਤ ਦੇਰ ਤੱਕ ਗੂੰਜਦੀ ਰਹੇਗੀ ਇਸ ਕਹਾਣੀ ਦਾ ਵਿਸ਼ਾ ਬਹੁਤ ਹੀ ਢੁਕਵਾਂ ਅਤੇ ਸਾਰਥਕ ਹੈ ਸੋ ਇਹ ਸੀ ਪਿਆਰੇ ਵਿਦਿਆਰਥੀਓ ਕਹਾਣੀ ਘੋਟਨਾ ਦਾ ਵਿਸ਼ਾ ਵਸਤੂ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਹਾਣੀ ਦੇ ਸਾਰ ਬਾਰੇ ਘੋਟਨਾ ਕਹਾਣੀ ਮੋਹਨ ਭੰਡਾਰੀ ਦੀ ਰਚਨਾ ਹੈ ਇਸਦਾ ਵਿਸ਼ਾ ਨਵੀਂ ਉਦਯੋਗਿਕ ਸੱਭਿਅਤਾ ਦੇ ਲਤਾੜੇ ਹੋਏ ਹੁਨਰਮੰਦ ਮਨੁੱਖ ਦੀ ਭੀੜ ਅਤੇ ਲੋਚਾ ਦਾ ਕਰਨਾਮਈ ਚਿਤਰਨ ਹੈ ਕ੍ਰਿਸ਼ਨਾ ਤਰਖਾਣ ਦੀ ਪਤਨੀ ਪੁੱਤਰ ਮਰ ਚੁੱਕੇ ਹਨ ਉਸਦੀ ਇੱਕ ਧੀ ਵਿਆਹੀ ਹੋਈ ਹੈ ਆਪਣੇ ਪਿੰਡ ਵਿੱਚ ਰਹਿੰਦਾ ਹੋਇਆ ਉਹ ਘੋਟਨੇ ਬਣਾਉਣ ਦਾ ਕੰਮ ਕਰਦਾ ਹੈ ਗਰਮੀਆਂ ਵਿੱਚ ਵੀ ਦਿਨ ਰਾਤ ਆਪਣੇ ਕੰਮ ਵਿੱਚ ਮਗਨ ਰਹਿੰਦਾ ਹੈ ਆਪਣੇ ਮੱਥੇ ਤੋਂ ਪਸੀਨਾ ਪੂੰਝਦਾ ਰਹਿੰਦਾ ਹੈ ਉਸਦਾ ਵਿਸ਼ਵਾਸ ਸੀ ਕਿ ਮਨੁੱਖ ਦੀ ਸਹੀ ਮਿਹਨਤ ਦਾ ਪਤਾ ਉਸਦੇ ਪਸੀਨੇ ਤੋਂ ਲੱਗਦਾ ਹੈ ਮਿਹਨਤੀ ਆਦਮੀ ਦੇ ਪਸੀਨੇ ਨੂੰ ਤਾਂ ਦੇਵਤੇ ਵੀ ਤਰਸਦੇ ਫਿਰਦੇ ਹਨ ਕਿਸ਼ਨੇ ਦਾ ਕਹਿਣਾ ਹੈ ਘੋਟਨਾ ਬਣਾ ਹਟਣ ਮਗਰੋਂ ਨਿੱਕੇ ਮੋਟੇ ਕੰਮਾਂ ਵਿੱਚ ਰੁੱਝ ਜਾਂਦਾ ਇਸ ਪ੍ਰਕਾਰ ਉਸਦੇ ਮਨ ਨੂੰ ਤਸੱਲੀ ਰਹਿੰਦੀ ਜਦੋਂ ਉਹ ਘਰ ਕੰਮ ਕਰਦਾ ਥੱਕ ਜਾਂਦਾ ਉਹ ਪਿੰਡ ਵਿੱਚ ਚੱਕਰ ਮਾਰਨ ਚਲਾ ਜਾਂਦਾ ਲੋਕਾਂ ਦੀਆਂ ਤਕਲੀਫਾਂ ਪੀੜੀਆਂ ਠੋਕਣਾ ਚੱਕੀਆਂ ਰੋਣ ਦਾ ਕੰਮ ਕਰ ਆਉਂਦਾ ਉਹ ਸਭਨਾਂ ਨਾਲ ਹੱਸਦਾ ਖੇਡਦਾ ਅਤੇ ਆਪਣੀ ਮਿਹਨਤ ਦੇ ਬਦਲੇ ਉਹਨਾਂ ਤੋਂ ਦਾਣੇ ਗੁੜ ਦੁੱਧ ਦਾ ਗਲਾਸ ਪਿਆਰ ਲੈ ਕੇ ਸਵਾਦ ਸਵਾਦ ਹੋ ਉੱਠਦਾ ਉਸਦੇ ਮੱਥੇ ਵਿੱਚ ਇੱਕ ਵਾਰ ਗੁੱਲੀ ਵੱਜਣ ਕਰਕੇ ਇੱਕ ਨਿਸ਼ਾਨ ਪੈ ਗਿਆ ਸੀ ਜਿਸ ਨੂੰ ਦੇਖ ਕੇ ਉਸਦਾ ਹਿਰਦਾ ਲਹਿਰਾ ਉੱਠਦਾ ਉਸ ਸਮੇਂ ਗੁੱਲੀ ਮਾਰਨ ਵਾਲੇ ਮੁੰਡੇ ਮੇਲੂ ਦੀ ਮਾਂ ਕਰਤਾਰੋ ਨੇ ਆਪਣੀ ਮਲਮੰਜੀ ਚੁੰਨੀ ਪਾੜ ਕੇ ਉਸਦੇ ਪਾਣੀ ਪੱਟੀ ਬੰਨ੍ਹ ਦਿੱਤੀ ਉਸ ਨੂੰ ਕੁਝ ਠੰਡ ਜਿਹੀ ਪਈ ਉਸਨੂੰ ਅਜੇ ਵੀ ਕਦੇ ਕਦੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਕਰਤਾਰੋ ਅਜੇ ਵੀ ਕੁੰਡ ਕੱਢੀ ਕੰਮ ਦੇ ਹੱਥਾਂ ਨਾਲ ਉਸਦੇ ਮੱਥੇ 'ਤੇ ਪਾਣੀ ਪੱਟੀ ਬੰਨ੍ਹ ਰਹੀ ਹੋਵੇ ਉਹ ਫੁੱਲਦਾਰ ਅਤੇ ਮੁਲਾਇਮ ਘੋਟਨੇ ਬਣਾਉਂਦਾ ਹੁੰਦਾ ਸੀ ਉਸਦੇ ਬਣੇ ਘੋਟਨੇ ਦੂਰ ਦੂਰ ਤੱਕ ਮਸ਼ਹੂਰ ਸਨ ਰਾਹੀਂ ਉਸ ਕੋਲ ਘੋਟਨੇ ਖਰੀਦਣ ਆਉਂਦੇ ਅਤੇ ਰਾਹ ਘੋਟਨਿਆਂ ਦੀਆਂ ਗੱਲਾਂ ਕਰਦੇ ਹੀ ਸਿਫਤਾਂ ਕਰਦੇ ਹੀ ਮੁਕਾ ਲੈਂਦੇ ਉਸਦੇ ਘੋਟਨੇ ਜੇਕਰ ਮੁਕਲਾਵੇ ਤੁਰਦੀਆਂ ਕੁੜੀਆਂ ਦੇ ਦਾਜ ਵਿੱਚ ਨਾ ਰੱਖੇ ਜਾਂਦੇ ਤਾਂ ਕੁੜੀਆਂ ਆਪਣੇ ਦਾਜ ਨੂੰ ਅਧੂਰਾ ਸਮਝਦੀਆਂ ਸਨ
एक बार पिंड दे बामणा दी कुड़ी रुस गई क्योंकि उसके दाज विच किशने दा बनिया घोटना नहीं सी। किशने दे घोटने उपर तां लोकां ने गीत बना ले सन, दाज विच घोटना नहीं झोरा उहदियां हड्डां नूं खावे। उसकी पत्नी कुछ दिन बीमार रहन पिछों इलाज विच कोई कसर न रहन दे बावजूद मर गई। हुण किशने दी जिंदगी इकली सी। अंत उसका जवाई उस नूं नवे कपड़े पवा के नवे शहर विच अपने कोल लै गया। ਉਹ ਪਹਿਲੇ ਦਿਨ ਤਾਂ ਸ਼ਹਿਰ ਦੇ ਲੋਕਾਂ ਦੀ ਗਹਿਮਾ ਗਹਿਮੀ ਭੱਜ ਨੱਠ ਦੇ ਕੇ ਘਬਰਾ ਗਿਆ। ਹੁਣ ਸ਼ਹਿਰ ਵਿੱਚ ਰਹਿੰਦਿਆਂ ਕਿਸ਼ਨੇ ਨੂੰ 5 ਸਾਲ ਹੋ ਗਏ ਸਨ। ਇਹਨਾਂ ਸਾਲਾਂ ਵਿੱਚ ਉਸਨੇ ਆਪਣੇ ਜਵਾਈ ਦੇ ਕਾਰਖਾਨੇ ਨੂੰ ਬੜੀ ਸਫਲਤਾ ਨਾਲ ਚਲਾਇਆ। ਉਸਨੇ ਕਿਸੇ ਸੌਦੇ ਵਿੱਚ ਵੀ ਘਾਟਾ ਨਹੀਂ ਖਾਧਾ। ਇਸ ਕਰਕੇ ਉਸਦਾ ਜਵਾਈ ਉਸਨੂੰ ਛੱਡਣਾ ਨਹੀਂ ਸੀ ਚਾਹੁੰਦਾ। ਉਹ ਕਿਸ਼ਨੇ ਨੂੰ ਹਰ ਤਰ੍ਹਾਂ ਖੁਸ਼ ਰੱਖਣ ਦਾ ਯਤਨ ਕਰਦਾ। ਉਹ ਜਿੰਨਾ ਚਾਹੇ ਪੈਸਾ ਖਰਚ ਕਰ ਸਕਦਾ ਸੀ। ਕਿਸ਼ਨੇ ਦਾ ਜਵਾਈ ਅਮੀਰ ਹੋਣ ਕਰਕੇ ਦੁਨੀਆ ਦੀ ਹਰ ਸ਼ੈ ਉਸਨੂੰ ਖਰੀਦ ਕੇ ਦੇ ਸਕਦਾ ਸੀ, ਪਰ ਇਹ ਪੈਸਾ ਕਿਸ਼ਨੇ ਦੇ ਮਨ ਨੂੰ ਚੈਨ ਤਸੱਲੀ ਨਾ ਦੇ ਸਕਿਆ। ਉਹ ਉਦਾਸ ਰਹਿੰਦਾ। ਉਸਨੇ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਯਾਦ ਆਪਣੇ ਜ਼ਿਹਨ 'ਚ ਬਿਠਾਈ ਹੋਈ ਸੀ। ਕਾਰਖਾਨੇ ਦੇ ਵਿੱਚ ਕਿਸ਼ਨੇ ਦੇ ਜਿੰਮੇ ਇਹ ਕੰਮ ਸੀ, ਗੱਦੀ 'ਤੇ ਬੈਠਣਾ, ਬਾਹਰੋਂ ਆਏ ਵਪਾਰੀਆਂ ਨਾਲ ਗੱਲਬਾਤ ਕਰਨਾ, ਕਾਮਿਆਂ ਦੇ ਕੰਮ ਦੀ ਨਿਗਰਾਨੀ ਕਰਨਾ। ਉਸਦੀ ਸੋਚ ਉਸ ਨੂੰ ਵੰਗਾਰਦੀ ਸੀ ਕਿ ਇਹ ਵੀ ਕੋਈ ਕੰਮ ਹੈ, ਕੰਮ ਕਰਦਿਆਂ ਨੂੰ ਦੇਖਣਾ। ਜੇ ਇਹ ਕੰਮ 'ਚ ਸ਼ਾਮਿਲ ਹੈ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮ ਤੋਂ। ਮੈਂ ਹੈਰਾਨ ਹਾਂ ਕਿ ਇਹ ਲੋਕ ਜਿਹੜੇ ਦੂਜਿਆਂ ਦੇ ਕੰਮਾਂ ਨੂੰ ਦੇਖਣਾ ਹੀ ਆਪਣਾ ਕੰਮ ਸਮਝਦੇ ਹਨ, ਜਿਉਂਦੇ ਕਿਵੇਂ ਰਹਿ ਜਾਂਦੇ ਹਨ। ਇਹ ਸੋਚ ਕੇ ਕਿਸ਼ਨਾ ਉਦਾਸ ਰਹਿੰਦਾ। ਉਸਦਾ ਜਵਾਈ ਉਸਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਯਤਨ ਕਰਨ ਦੇ ਬਾਵਜੂਦ ਵੀ ਕਿਸ਼ਨਾ ਖੁਸ਼ ਨਾ ਹੋ ਸਕਦਾ। ਅੰਤ ਉਹ ਉਸਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੂੰ ਸਮਝ ਤਾਂ ਕੁਝ ਨਹੀਂ ਆਇਆ, ਪਰ ਉਸਨੇ ਕਿਹਾ ਸ਼ਾਇਦ ਵਿਟਾਮਿਨ ਬੀ ਦੀ ਕਮੀ ਹੋ ਗਈ ਹੈ। ਡਾਕਟਰ ਦੀ ਦੁਕਾਨ ਤੋਂ ਬਾਹਰ ਨਿਕਲ ਕੇ ਕਿਸ਼ਨੇ ਨੇ ਕਿਹਾ ਕਿ ਉਸ ਨੂੰ ਇਹ ਤਾਂ ਪਤਾ ਹੋਣ ਲੱਗਾ ਕਿ ਦਵਾਈਆਂ ਨਾਲ ਵੀ ਦਿਲ ਲੱਗ ਜਾਂਦਾ। ਹੁਣ ਉਸਦੇ ਜਵਾਈ ਨੇ ਉਸਨੂੰ ਸ਼ਰਾਬ ਨਾਲ ਰਜਾਉਣਾ ਸ਼ੁਰੂ ਕਰ ਦਿੱਤਾ। ਉਸਦਾ ਖਿਆਲ ਸੀ ਕਿ ਕਿਸ਼ਨਾ ਸ਼ਰਾਬ ਨਾਲ ਸਾਰੇ ਦੁੱਖ ਤਕਲੀਫਾਂ ਭੁੱਲ ਜਾਵੇਗਾ। ਅਚਾਨਕ ਇੱਕ ਦਿਨ ਸ਼ਰਾਬ ਪੀ ਰਹੇ ਜਵਾਈ ਨੇ ਸੋਚਿਆ ਕਿ ਕਿਸ਼ਨੇ ਦਾ ਦੁੱਖ ਕਿਸ ਤਰ੍ਹਾਂ ਦੂਰ ਕੀਤਾ ਜਾਵੇ। ਉਸਨੇ ਕਿਸ਼ਨੇ ਨੂੰ ਬਹੁਤ ਸਾਰੀ ਸ਼ਰਾਬ ਪਿਲਾਈ ਅਤੇ ਸੋਚਿਆ ਸ਼ਾਇਦ ਇਸ ਤਰ੍ਹਾਂ ਇਹ ਆਪਣਾ ਦੁੱਖ ਗਮ ਭੁੱਲ ਜਾਵੇਗਾ। ਕਿਸ਼ਨਾ ਅਚਾਨਕ ਉੱਠ ਕੇ ਬਾਹਰ ਚਲਾ ਗਿਆ। ਉਸਦੇ ਜਵਾਈ ਨੇ ਸੋਚਿਆ ਕਿਸ਼ਨਾ ਸ਼ਾਇਦ ਹੋਰ ਬੋਤਲ ਲੈਣ ਗਿਆ ਹੈ, ਅਤੇ ਜਦੋਂ ਉਹ ਦੇਰ ਤੱਕ ਮੁੜ ਕੇ ਨਾ ਆਇਆ ਤਾਂ ਉਹ ਬੇਬਾਕ ਹੋ ਕੇ ਉਸਦੀ ਉਡੀਕ ਕਰਨ ਲੱਗਾ। ਉਸਦਾ ਜਵਾਈ ਹੁਣ ਉਡੀਕ ਕਰਕੇ ਥੱਕ ਗਿਆ। ਅੰਤ ਉਸਨੇ ਉੱਠ ਕੇ ਦੇਖਿਆ ਬਾਹਰੋਂ ਇੱਕ ਠੱਕ ਠੱਕ ਦੀ ਆਵਾਜ਼ ਆਈ। ਬੂਹਾ ਖੋਲ੍ਹਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਸ਼ਰਾਬ ਨਾਲ ਰੱਜਿਆ ਹੋਇਆ ਕਿਸ਼ਨਾ ਹੱਥ ਵਿੱਚ ਬੋਲੇ ਅਤੇ ਲੱਕੜਾਂ ਦਾ ਟੋਟਾ ਫੜ ਕੇ ਘੋਟਨੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਅੱਜ ਦੀ ਘੋਟਨਾ ਕਹਾਣੀ ਦਾ ਵਿਸ਼ਾ ਅਤੇ ਸਾਰ। ਧੰਨਵਾਦ।